ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਅਕਾਲ ਜੀ, ਵਾਹ ਜੀ ਖਾਲਸਾ, ਵਾਹ ਜੀ ਕੀ ਫਤਿਹ। ਬਾਪੂ ਜੀ, ਮੇਰਾ ਨਾਂ ਜੀ ਸਾਹਿਬ ਸਿੰਘ, ਨਾਭਿਓਂ ਆਇਆ ਮੈਂ। ਸਾਹਿਬ ਸਿੰਘ? ਹਾਂਜੀ, ਬਹੁਤ ਧੰਨਵਾਦ ਜੀ। ਕਿਵੇਂ ਲੰਘ ਦੇ ਨੇ ਦਿਨ? ਦਿਨ ਤਾਂ ਜੀ ਹੁਣ ਥੋੜ੍ਹੀ ਜਿਹੀ ਗਰੀਬੀ ਰੇਖਾ ਜ਼ਿਆਦਾ ਹੋ ਗਈ, ਕੰਮ ਹੁਣ ਹੁੰਦਾ ਨਹੀਂ। ਵੀ ਦਿਨ ਥੋੜ੍ਹੇ ਜਿਹੇ ਔਖੇ ਜਿਹੇ ਹੀ ਲੰਘਦੇ ਨੇ, ਪੈਨਸ਼ਨ ਲੱਗੀ ਹੋਈ ਹੈ ਵੈਸੇ ਜੀ, ਪਰ ਉਹਦੇ ਨਾਲ ਹੁਣ ਤੁਹਾਨੂੰ ਪਤਾ ਵੀ ਰੋਟੀ ਪਾਣੀ ਦਾ ਵੀ ਖਰਚਾ ਲੈਣਾ, ਬਾਕੀ ਹੋਰ ਨਸ਼ਾ ਕੋਈ ਨਹੀਂ ਸਰੀਰ ਨੂੰ। ਕੰਮ ਕੀ ਕਰਦੇ ਹੋ ਤੁਸੀਂ ਹੁਣ? ਕੰਮ ਤਾਂ ਜੀ ਹੁਣ ਮਾੜਾ ਮੋਟਾ ਸਕੂਲ 'ਚ ਵਗ ਜਾਂਦਾ, ਸਾਈਕਲ ਰੋੜ ਕੇ ਹੌਲੀ 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 ਇੱਕ ਸਾਈਡ ਲੱਗ ਕੇ ਤੁਰਿਆ ਜਾਂਦਾ। ਸਾਈਕਲ 'ਤੇ ਮਤਲਬ ਸਕੂਲੇ ਕਰਨ ਕੀ ਜਾਂਦੇ ਹੋ? ਉੱਥੇ ਜੀ ਮੇਰੇ ਕੋਲ ਬੱਚਿਆਂ ਵਾਲਾ ਸਮਾਨ ਹੁੰਦਾ, ਖਾਣ ਵਾਲਾ, ਬਿਸਕੁਟ, ਪਕੌੜੀਆਂ, ਭੁਜੀਆ। ਅੱਛਾ, ਇਹ ਚੀਜ਼ਾਂ ਹੁੰਦੀਆਂ ਜੀ। ਪਹਿਲਾਂ ਜਾਣੀ ਬੱਚੇ ਚੁਸਤੀ ਲਾਗੇ ਤਾਂ ਕਰਨਾ, ਜੇ 20 ਦਾ ਨੋਟ ਦੇਣਾ ਤਾਂ ਕਹਿਣਾ ਬਾਬਾ ਜੀ 100 ਦਾ, 50 ਦਾ, ਇੱਕ ਦੋ ਵਾਰੀ ਧੋਖਾ ਹੋ ਜਾਂਦਾ ਨਾਲ। ਮੈਂ ਮਾਸਟਰ ਨੂੰ ਕਹਿਤਾ ਜੀ, ਸਾਡੇ PT ਮਾਸਟਰ ਦੇ, ਉਹ ਕਹਿੰਦਾ ਬਾਬੇ ਨਾਲ ਕੋਈ ਧੋਖਾ ਨਹੀਂ ਕਰਨਾ ਬਈ, ਉਪਾਹ ਜੀ ਇਨਸਾਨ ਨੇ, ਇਹਨਾਂ ਨਾਲ ਕੋਈ ਧੋਖਾ ਨਹੀਂ ਕਰਨਾ। ਮੁੜ ਕੇ ਮੇਰੇ ਨਾਲ ਜੀ ਬੱਚਿਆਂ ਨੇ ਧੋਖਾ ਕਰਿਆ ਵੀ ਨਹੀਂ। ਅਤੇ ਬਾਪੂ ਜੀ, ਜਿਹੜੇ ਤੁਹਾਨੂੰ ਨੇਤਰਾਂ 'ਚੋਂ ਦਿਸਦਾ ਤੁਹਾਨੂੰ? ਬਹੁਤ ਘੱਟ। ਇਹ ਤੁਹਾਨੂੰ ਹੁਣ ਦਿਸਦਾ ਪਿਆ ਜੇ ਮੈਂ ਕੀ ਕਰਨ ਦਿਆਂ? ਮਾੜਾ ਮੋਟਾ ਜਿਹਾ। ਅੱਛਾ, ਪਤਾ ਨਹੀਂ ਲੱਗਦਾ? ਹਾਂ, ਪੂਰਾ ਨਹੀਂ, ਜਾਣੀ ਮਾੜਾ ਮੋਟਾ ਜਿਹਾ ਹੱਥੇਲੇ ਦਾ ਪਤਾ ਲੱਗਦਾ ਹੈ। ਠੀਕ ਹੈ, ਅਤੇ ਤੁਸੀਂ ਕਦੋਂ ਦੇ ਮਤਲਬ ਇਹ ਜਿਹੜੀ ਫੇਰੀ ਲਾਉਂਦੇ ਹੋ, ਜਾਂ ਪਹਿਲਾਂ ਕੋਈ ਜਵਾਨੀ ਵੇਲੇ ਕੋਈ ਕੰਮ ਕਾਰ ਕਰਦੇ ਸੋ? ਜਵਾਨੀ ਵੇਲੇ ਜੀ ਪਹਿਲਾਂ ਮੈਂ ਕੁਛ ਚਿਰ ਸੜਕ 'ਤੇ ਵੀ ਲਾਇਆ, ਨਹਿਰਾਂ 'ਤੇ ਵੀ ਲਾਇਆ, 10-12 ਸਾਲ ਐਂ ਲਾਏ, ਜਾਣੀ ਹਰੇਕ ਅਫਸਰ ਮੈਨੂੰ ਸਤਿਕਾਰ ਕਰ ਲੈਂਦੀ ਹੈ। ਠੀਕ ਹੈ, ਕਹਿੰਦਾ ਦੀ ਵੀ ਨਾ ਟਾਈਮ ਪਾਸ ਕਰ ਭਾਈ, ਕੋਈ ਗੱਲ ਨਹੀਂ, ਜਿਹੋ ਜਿਹਾ ਤੇਰੇ ਤੋਂ ਬਣਦਾ ਉਹੋ ਜਿਹਾ ਕਰ ਲੈ। ਅਤੇ ਜਦੋਂ ਤੁਸੀਂ ਜਵਾਨ ਸੋ ਗਏ ਉਦੋਂ ਗ੍ਰੰਥੀ ਸਿੰਘ ਸੋ ਕਿਤੇ, ਜਾਂ ਰਾਗੀ ਸਿੰਘ ਸੋ, ਜਾਂ ਕੋਈ ਹੋਰ ਕੰਮ ਕਰਦੇ ਸੋ? ਨਾ ਜੀ, ਮੈਂ ਸਿਰਫ ਡਾਲੀ ਕੀਤੀ ਹੈ। ਅੱਛਾ, ਵੀ ਗੁਰੂ ਘਰ ਦੀ ਡਾਲੀ 18 ਸਾਲ ਕੀਤੀ ਹੈ ਜੀ। ਵੀ 18 ਸਾਲ ਦੇ ਵਿੱਚ ਕੋਈ ਕਿਸੇ ਦਾ ਲਾਂਭਾ ਨਹੀਂ, ਕੋਈ ਕਿਸੇ ਦੀ ਪਿਛਾਮਾਨਗੀ ਨਹੀਂ, ਨਾ ਬਿਲਕੁਲ ਨਹੀਂ। ਅੱਛਾ, ਤੁਸੀਂ ਡਾਲੀ ਲਿਆਉਂਦੇ ਸੀ ਗੁਰੂ ਕੇ ਲੰਗਰ? ਡਾਲੀ? ਹਾਂ ਜੀ, ਇਸੇ ਸਾਈਕਲ 'ਤੇ। ਇਸੇ ਸਾਈਕਲ 'ਤੇ? ਹਾਂਜੀ। ਇਸੇ ਪਿੰਡ 'ਚੋਂ ਹੀ ਲਿਆਉਂਦੇ ਹੋ ਜਾਂ ਕਿਤੇ ਦੂਰ? ਨਾ ਜੀ, ਕਕਰਾਲੇ ਕੀਤੀ ਆ ਨਾਭੇ ਕੋਲ, ਅਤੇ ਦਰੋਗਿਆਲ ਕੀਤੀ ਆ, ਕੌਲਸੇੜੀ ਕੀਤੀ ਆ, ਜਖੜੀ ਕੀਤੀ ਆ, ਲੰਬੇ ਲੰਬੇ ਪਿੰਡਾਂ ਦੇ ਜਿੱਥੇ ਮੈਂ ਭੇਜਤੀ ਮੈਨੂੰ। ਅੱਛਾ, ਅਤੇ ਬਨਭੌਰੇ ਵੀ ਡਾਲੀ ਕੀਤੀ ਆ ਜੀ, ਜੈਨਪੁਰ ਵੀ ਕੀਤੀ ਆ, ਜਾਣੀ ਹਰੇਕ ਇਨਸਾਨ ਮੈਨੂੰ ਜਾਣਦਾ ਕਰਕੇ। ਤੁਹਾਨੂੰ ਅੱਖਾਂ 'ਚੋਂ ਦਿਸਦਾ ਕੋਈ ਨਹੀਂ, ਫਿਰ ਤੁਸੀਂ ਡਾਲੀ ਗੁਰੂ ਕੇ ਲੰਗਰਾਂ ਵਾਸਤੇ ਸਾਈਕਲ 'ਤੇ ਜਾਂਦੇ ਸੋ? ਸਾਈਕਲ 'ਤੇ ਤੁਰ ਕੇ? ਕਿੰਨਾ ਕੁ ਰਸਤਾ ਤੁਰਦੇ ਸੋ? ਮੈਂ ਤਕਰੀਬਨ ਜਿਵੇਂ ਹੁਣ ਪਿੰਡ ਆਪਣਾ ਜੈਨਪੁਰ ਦੇ ਉਰਾਂ ਕਾਰਨ ਹੈ, ਇੱਥੇ ਤੱਕ ਮੈਂ ਤੁਰ ਕੇ ਆਉਂਦਾ ਜੀ, ਉੱਧਰ ਸੂਏ ਤੱਕ ਜਾਂਦਾ ਜੀ ਤੁਰ ਕੇ। ਨਹੀਂ ਜੀ, ਪੁਰਾਣੇ ਵੇਲੇ ਦੇ ਹਿਸਾਬ ਨਾਲ ਜਾਂ ਜਿਵੇਂ ਤੁਹਾਨੂੰ ਪਤਾ ਵੀ ਕਿਲੋਮੀਟਰ ਕਿੰਨਾ ਤੁਰ ਲੈਂਦੇ, ਜਾਂ ਮੀਲ ਕਿੰਨਾ ਤੁਰਨਾ ਪੈਂਦਾ ਸੀ ਰੋਜ਼? ਅੰਦਾਜ਼ਾ ਜਾਣੀ ਘੱਟ ਤੋਂ ਘੱਟ 1 ਮੀਲ ਤਾਂ ਤੁਰਿਆ ਹੀ ਜਾਂਦਾ ਜੀ। ਠੀਕ ਹੈ, ਘੱਟ ਤੋਂ ਘੱਟ। ਫਿਰ ਘਰਾਂ ਗਲੀਆਂ ਦੇ ਵਿੱਚ ਤੁਹਾਨੂੰ ਪਤਾ ਲੱਗੀ ਜਾਂਦਾ ਸੀ? ਉਦੋਂ ਨਿਗਾਹ ਮੜ ਜੀ ਹੈਗੀ ਤੀ। ਅੱਛਾ, ਉਦੋਂ ਮੜ ਜੀ ਹੈਗੀ ਤੀ ਤੁਰਨ ਯੋਗੀ ਜੀ, ਵੀ ਤਾਂ ਕਰਕੇ ਮੈਨੂੰ ਜਾਇਆ ਜਾਂਦਾ ਜੀ। ਆਹ ਖੇੜੀ ਪਿੰਡ ਵੀ ਡਾਲੀ ਕੀਤੀ ਹੈ ਜੀ। ਠੀਕ ਹੈ, ਹਾਂਜੀ। ਅਤੇ ਬਾਪੂ ਜੀ, ਜਿਵੇਂ ਇਹ ਤੁਹਾਡਾ ਘਰ ਮਕਾਨ ਦਿਸ ਰਿਹਾ, ਇਸ ਵਕਤ ਜਿੰਨੇ ਵੀ ਸਾਡੇ ਦੇਸ਼ ਵਿਦੇਸ਼ 'ਚ ਬਾਪੂ ਜੀ ਹੋਰਾਂ ਦੀ ਵੀਡੀਓ ਵੇਖ ਰਹੇ ਨੇ, ਇਹ ਬਾਪੂ ਜੀ ਹੋਰਾਂ ਦਾ ਘਰ ਹੈ, ਤਸਵੀਰਾਂ ਜੀ ਤੁਸੀਂ ਵੇਖ ਰਹੇ ਹੋ। ਅਤੇ ਇਸ ਘਰ ਦੇ ਅੰਦਰ ਜਿਵੇਂ ਹੀ ਅਸੀਂ ਵੜੇ ਹਾਂ, ਛੱਤ ਜਿਹੜੀ ਹੈ ਉਹ ਬਾਲਿਆਂ ਦੀ ਹੈ, ਕਾਨਿਆਂ ਦੀ ਛੱਤ ਹੈ। ਅੱਜ ਜੇਕਰ ਕਾਨੇ ਕਿਸੇ ਨਵੀਂ ਪੀੜ੍ਹੀ ਦੇ ਜਿਹੜੇ ਬੱਚੇ ਨੇ, ਜੇ ਉਹਨਾਂ ਨੂੰ ਕਿਹਾ ਜਾਵੇ, ਸ਼ਾਇਦ ਬਹੁਤਿਆਂ ਨੂੰ ਕਾਨਿਆਂ ਬਾਰੇ ਹੀ ਨਹੀਂ ਪਤਾ,
ਪਰ ਕਾਨਿਆਂ ਦੀ ਛੱਤ ਹੈ ਬਿਲਕੁਲ। ਅਤੇ ਇਹ ਪੰਜਾਬ ਦੇ ਇੱਕ ਪਿੰਡ ਦੀ ਕਹਾਣੀ ਹੈ ਜਿੱਥੇ ਬਜ਼ੁਰਗ ਬਾਪੂ ਸ਼ਮਸ਼ੇਰ ਸਿੰਘ ਜੀ, ਇਹਨਾਂ ਨੂੰ ਇਹਨਾਂ ਦੇ ਉਸਤਾਦ ਜੀ, ਇਹਨਾਂ ਦੇ ਉਸਤਾਦ ਜੀ ਔਰ ਇਹਨਾਂ ਦਾ ਨਾਮ ਕਿਵੇਂ ਰੱਖਿਆ, ਇਹਨਾਂ ਨੂੰ ਛੇਰੇ ਪੰਜਾਬ ਕਹਿੰਦੇ ਸਨ ਸਤਿਕਾਰ ਨਾਲ, ਪਿਆਰ ਨਾਲ ਇਹਨਾਂ ਦੇ ਜਿਹੜੇ ਉਸਤਾਦ ਜੀ ਸਨ। ਅਤੇ ਇਹਨਾਂ ਨੇ ਜੋ ਕੁਛ ਹੋਰ ਕੀਤਾ ਜੀਵਨ ਦੇ ਵਿੱਚ ਉਹ ਵੀ ਸਾਰੀ ਗੱਲਬਾਤ ਬਾਪੂ ਯਾਰਾਂ ਤੋਂ ਸੁਣਾਂਗੇ। ਪਹਿਲਾਂ ਇਹ ਘਰ ਦੀ ਥੋੜ੍ਹੀ ਜਿਹੀ ਜਾਣਕਾਰੀ ਦੇ ਦੀ, ਜਿਵੇਂ ਤੁਸੀਂ ਤਸਵੀਰਾਂ 'ਚ ਨਾਲੋਂ ਨਾਲ ਵੇਖ ਰਹੇ ਹੋ, ਬਾਪੂ ਜੀ ਹੁਣੀ ਹਾਰਮੋਨੀਅਮ ਵਜਾ ਲੈਂਦੇ ਨੇ, ਬੈਂਜੋ ਵਜਾ ਲੈਂਦੇ ਨੇ, ਕੀਰਤਨ ਕਰਦੇ ਨੇ ਬੜਾ ਸੋਹਣਾ। ਅਤੇ ਜਿਹੜੀ ਇਹ ਸਥਿਤੀ ਹੈ, ਅੰਦਰ ਦਾ ਦ੍ਰਿਸ਼ ਹੈ, ਸੀਨ ਹੈ ਜਿਹੜਾ ਵੇਖ ਰਹੇ ਹੋ, ਬਾਪੂ ਜੀ ਉਹਨਾਂ ਦਾ ਸਾਈਕਲ ਪਿਆ ਜਿਹਦੇ ਉੱਪਰ ਇਹ ਸਮਾਨ ਲੈ ਕੇ ਆਉਂਦੇ ਨੇ, ਵੱਡਾ ਸਾਰਾ ਟਰੰਕ ਪਿੱਛੇ ਰੱਖਿਆ ਇਹਨਾਂ ਨੇ, ਅਤੇ ਨਾਲ ਉਹਦੇ ਇੱਕ ਪੀਪਾ ਜਿਹਾ ਪਿਆ, ਪੀਪੇ ਦੇ ਵਿੱਚ ਵੀ ਸਮਾਨ ਹੈ ਜਵਾਕਾਂ ਦੇ ਖਾਣ ਵਾਲਾ, ਸਕੂਲੀ ਬੱਚੇ। ਅਤੇ ਅਸੀਂ ਉਸ ਸਕੂਲ ਵਾਲਿਆਂ ਦਾ ਤਾਂ ਚਲੋ ਧੰਨਵਾਦ ਕਰਾਂਗੇ ਜਿਹੜੇ ਬਾਪੂ ਜੀ ਹੋਰਾਂ ਨੂੰ ਪਰਮਿਸ਼ਨ ਦਿੱਤੀ ਹੋਈ, ਜਿਨ੍ਹਾਂ ਨੇ ਇਜਾਜ਼ਤ ਦਿੱਤੀ ਹੈ ਵੀ ਤੁਸੀਂ ਸਾਡੇ ਸਕੂਲ ਕੋਲ ਆਪਣੀ ਇਹ ਰੇਹੜੀ ਜਾਂ ਆਪਣਾ ਸਾਈਕਲ ਖਿਲਾਰ ਲਿਆ ਕਰੋ। ਇਹਨਾਂ ਨੂੰ ਦਿਸਦਾ ਹੈ ਨਹੀਂ, ਆਮਦਨ ਬਿਲਕੁਲ ਘੱਟ ਹੈ, ਇਹ ਗੁਰੂ ਘਰ ਦਾ ਹੈ, ਕੀਰਤਨੀ ਹੈ ਨੇ। ਡਾਲੀ ਲੰਮਾ ਸਮਾਂ, ਬਾਪੂ ਜੀ ਡਾਲੀ ਕਿੰਨਾ ਚਿਰ ਤੁਸੀਂ ਲਿਆਂਦੀ ਜੇ? 18 ਸਾਲ ਜੀ। 18 ਸਾਲ ਤੁਸੀਂ ਗੁਰੂ ਕੇ ਲੰਗਰਾਂ ਵਾਸਤੇ ਡਾਲੀ ਕਰਦੇ ਰਹੇ ਹੋ, ਪ੍ਰਸ਼ਾਦਾ, ਦਾਲ ਪ੍ਰਸ਼ਾਦਾ ਲਿਆਉਂਦੇ ਰਹੇ ਹੋ, ਦੁੱਧ ਵਗੈਰਾ? ਹਾਂਜੀ। ਠੀਕ ਹੈ ਬਾਪੂ ਜੀ, ਆਮਦਨ ਤੁਹਾਡੀ ਹੁਣ ਕਿੰਨੀ ਕੁ ਹੈ? ਆਮਦਨ ਤਾਂ ਜੀ ਹੁਣ ਤੁਸੀਂ ਵੱਧ ਤੋਂ ਵੱਧ ਪੈਨਸ਼ਨ ਇਹ ਮੰਨ ਲਓ। ਪੈਨਸ਼ਨ ਕਿੰਨੀ ਮਿਲਦੀ ਜੀ? 1500। 1500 ਰੁਪਏ ਤੁਹਾਨੂੰ ਪੈਨਸ਼ਨ ਮਿਲਦੀ? ਪੈਨਸ਼ਨ ਮਿਲਦੀ ਹੈ। ਹਾਂਜੀ। ਅਤੇ ਇਸ ਤੋਂ ਇਲਾਵਾ ਜਿਹੜੀ ਹੋਰ ਕੋਈ ਆਮਦਨ, ਜਿਹੜਾ ਕੀਰਤਨ ਵਗੈਰਾ ਤੁਸੀਂ ਕਰਦੇ ਹੋ, ਉਹਦੇ ਤੋਂ ਕੋਈ ਤੁਹਾਨੂੰ ਆਮਦਨ ਹੋ ਜਾਂਦੀ ਹੈ? ਆਮਦਨ ਜੀ ਮੈਂ ਕਿਸੇ ਤੋਂ ਮੰਗ ਕੇ ਜਮ੍ਹਾਂ ਨਹੀਂ ਕਰਦੇ ਪੈਸਾ ਲਿਆ, ਜਿਹਾ ਜਿਹਾ ਕੋਈ ਸਤਿਕਾਰ ਨਾਲ ਦੇ ਦਿੰਦਾ ਉਹ ਲੈ ਵੀ ਲੈਣਾ, ਨਹੀਂ ਮੈਂ ਕਿ ਨਹੀਂ ਮੈਂ ਲਿਆ ਕਦੇ। ਬੱਚਿਆਂ ਨੂੰ ਸਿਖਾਉਂਦੇ ਹੋ? ਬੱਚਿਆਂ ਨੂੰ ਸਿਖਾਉਂਦੇ, ਇਹਨਾਂ ਕੋਲੋਂ ਵੀ ਕੁਛ ਨਹੀਂ ਲਿਆ। ਅਤੇ ਕੋਈ ਇਹੋ ਜਿਹਾ ਸ਼ਖਸ ਹੈ ਵੇ, ਕੋਈ ਬੀਬੀ ਜਾਂ ਭਰਾ, ਕੋਈ ਜਵਾਕ ਇਹੋ ਜਿਹਾ ਨਵੀਂ ਪੀੜ੍ਹੀ ਦਾ ਜਿਹੜੇ ਉਹਨੇ ਸਿੱਖ ਕੇ ਕੋਈ ਵੱਡੀ ਮੱਲ ਮਾਰੀ ਹੋਵੇ, ਜਾਂ ਕੋਈ ਦੂਰ ਦੁਰਾਡੇ ਚਲਾ ਗਿਆ ਹੋਵੇ ਤੁਹਾਡੇ ਤੋਂ ਸਿੱਖ ਕੇ? ਸਾਡੇ ਤੋਂ ਸਿੱਖ ਕੇ ਜੀ ਇੱਕ ਕੌਲ ਸੜੀ ਦਾ ਬੱਚਾ ਅਮਰੀਕਾ ਗਿਆ ਹੈ। ਅੱਛਾ। ਹਾਂਜੀ, ਉਸਦਾ ਨਾਂ ਪੈਂਟਾ ਦੱਸਿਆ, ਅਤੇ ਉਸਦੀ ਮੰਮੀ ਮਾਸਣੀ ਹੈ, ਜ਼ਿਮੀਂਦਾਰ ਘਰਾਣੇ ਦਾ ਬੱਚਾ ਹੈ ਜੀ। ਉਹਨਾਂ ਦੀ ਮਾਤਾ, ਉਹ ਇੱਥੇ ਹੀ ਰਹਿੰਦੇ ਨੇ ਜਾਂ ਉਹ ਵੀ ਅਮਰੀਕਾ ਤੁਰ ਗਏ ਨੇ? ਉਹ ਇੱਥੇ ਕੌਲ ਸੜੀ ਰਹਿੰਦੇ ਨੇ ਜੀ। ਠੀਕ ਹੈ। ਹਾਂਜੀ ਬਾਪੂ ਜੀ, ਤੁਹਾਡੇ ਘਰ ਪਰਿਵਾਰ 'ਚ ਹੋਰ ਤੁਹਾਡੇ ਭਰਾ ਕਿੰਨੇ ਨੇ? ਭਰਾ 2 ਹੋਰ ਨੇ ਜੀ। ਤੁਹਾਡੀਆਂ ਭੈਣਾਂ ਕਿੰਨੀਆਂ ਨੇ? ਭੈਣਾਂ 3 ਤੀਆਂ ਜੀ, 2 ਮਾਲਕ ਦੇ ਘਰੇ ਚਲੀਆਂ ਗਈਆਂ, 1 ਹੈਗੀ ਹੈ। ਅੱਛਾ, 2 ਰੱਬ ਨੂੰ ਪਿਆਰੀਆਂ ਹੋ ਗਈਆਂ ਨੇ? ਹਾਂਜੀ। 1 ਹੈਗੀ ਹੈ। ਅਤੇ ਜਿਹੜੀਆਂ ਪਰਮਾਤਮਾ ਦੇ ਚਰਨਾਂ 'ਚ ਤੁਰ ਗਈਆਂ ਨੇ, ਉਹਨਾਂ ਦੇ ਅੱਗੇ ਵਿਆਹ ਹੋਏ ਸਨ ਜਾਂ ਨਹੀਂ ਸਨ? ਹਾਂਜੀ ਹਾਂ, ਉਹਨਾਂ ਦੇ ਸੁੱਖ ਨਾਲ ਵਿਆਹ ਹੋਏ ਹੋਏ ਤੇ ਜੀ। ਜੀ। ਹਾਂਜੀ। ਜਿਹੜੇ ਤੁਹਾਡੇ ਭਰਾ ਨੇ, ਉਹ 2 ਕੀ ਕਰਦੇ ਨੇ? ਉਹ 1 ਬੱਕਰੀਆਂ ਚਾਰਦਾ ਜੀ, ਅਤੇ 1 ਮਜ਼ਦੂਰੀ ਕਰਦਾ, ਮਿਸਤਰੀਆਂ ਨਾਲ ਦਿਹਾੜੀ ਕਰਦਾ। ਠੀਕ ਹੈ। ਅਤੇ ਬਾਪੂ ਜੀ, ਜਿਹੜਾ ਚਾਹੇ ਤੁਹਾਡਾ ਪਿੰਡ ਦੀ ਗੱਲ ਹੋਵੇ ਜਾਂ ਪੂਰੇ ਪੰਜਾਬ ਦੀ ਜਾਂ ਪੂਰੇ ਭਾਰਤ ਦੀ ਜਾਂ ਦੇਸ਼ ਵਿਦੇਸ਼ ਦੀ ਗੱਲ ਹੋਵੇ, ਤੁਹਾਡੀ ਕਿਸੇ ਨੇ ਮਦਦ ਕਰੀ ਹੈ? ਮਦਦ ਤਾਂ ਜੀ ਬਿਲਕੁਲ ਹੀ ਨਹੀਂ ਕੀਤੀ। ਇਹ ਜਿਹੜੇ ਕੋਠੇ ਤੁਸੀਂ ਜਿਹੜੀ ਛੱਤ ਹੇਠ ਬੈਠੇ ਹੋ, ਹਾਂ, ਇਹ ਜੇਕਰ ਮੀਂਹ ਪੈਂਦਾ ਹੋਵੇ ਫਿਰ ਇਹ ਚੋਂਦੀ ਹੈ ਜਾਂ ਨਹੀਂ? ਚੋਂਦੀ ਹੈ ਜੀ, ਸਾਰਾ ਸਾਰੀ ਚੋਣ ਲੱਗ ਜਾਂਦੀ ਹੈ। ਕਦੀ ਪਿੰਡ ਦੇ ਨਹੀਂ ਕਿਸੇ, ਚਲੋ ਦੂਰ ਦੇ ਨੂੰ ਤਾਂ ਛੱਡੋ, ਪਿੰਡ ਦੇ ਨਹੀਂ ਕਿਸੇ ਨੇ ਕਿਹਾ ਤੁਹਾਨੂੰ ਕੋਠਾ ਜਾਂ ਕਮਰਾ ਪਾ ਦੇਣੇ? ਨਾ ਜੀ ਨਾ, ਮੈਂ ਪਿੰਡਿਆਂ ਨੂੰ ਕਹਿ ਕੇ ਵੀ ਥੱਕ ਗਿਆ। ਅੱਛਾ। ਹਾਂ ਬਈ, ਪਾਵਾਂਗੇ ਜੇ ਤੇਰਾ ਨੰਬਰ ਨਹੀਂ ਆਇਆ ਬਸ। ਠੀਕ ਹੈ ਜੀ। ਇਹ ਕਹਾਣੀ ਹੈ ਜਿਹੜੇ ਬਾਬਾ ਜੀ ਦੱਸ ਰਹੇ ਨੇ, ਇਹਨਾਂ ਦੀਆਂ ਜਦੋਂ ਹੋਰ ਤੁਸੀਂ ਗੱਲਾਂ ਬਾਤਾਂ ਇਹਨਾਂ ਤੋਂ ਜਿਹੜੀ ਇਹ ਜਾਣਕਾਰੀ ਸਾਂਝੀ ਕਰਨਗੇ ਨਾ, ਤੁਸੀਂ ਹੈਰਾਨ ਰਹਿ ਜਾਓਗੇ। ਅਤੇ ਇਹ ਗੁਰੂ ਘਰ ਦੇ ਸੇਵਾਦਾਰ ਨੇ ਜਿਨ੍ਹਾਂ ਨੇ 18 ਸਾਲ ਗਜ਼ਾ ਕੀਤੀ ਹੈ, ਜਾਣੀ ਲੰਗਰ ਵਾਸਤੇ ਪ੍ਰਸ਼ਾਦਾ ਦੁੱਧ ਇਕੱਠਾ ਕਰਕੇ ਲਿਆਉਂਦੇ ਰਹੇ ਨੇ। ਪਹਿਲਾਂ ਘੱਟ ਦਿਸਦਾ ਸੀ, ਹੁਣ ਤਾਂ ਇਹਨਾਂ ਨੂੰ ਦਿਸਦਾ ਹੀ ਨਹੀਂ ਹੈਗਾ। ਅਤੇ
ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ ਪਿੰਡ ਦੇ ਲੋਕ ਨੇ ਉਹ ਜਿਵੇਂ ਇਹਨਾਂ ਨੇ ਇਹਨਾਂ ਦੇ ਦੱਸਣ ਦੇ ਅਨੁਸਾਰ ਪਿੰਡ ਦੇ ਲੋਕਾਂ ਨੇ ਕਿਹਾ ਕਿ ਜਦੋਂ ਤੇਰਾ ਨੰਬਰ ਆਵੇਗਾ ਉਦੋਂ ਤੁਹਾਨੂੰ ਇਹ ਕਮਰਾ ਜਿਹੜਾ ਕੋਠਾ ਪਾ ਦਿੱਤਾ ਜਾਵੇਗਾ। ਜਿਹੜੇ ਅਸੀਂ ਦੂਰ ਦੂਰ ਲੰਗਰ ਲਾਉਂਦੇ ਹਾਂ, ਗੁਰੂ ਨਾਨਕ ਪਾਤਸ਼ਾਹ ਦੀ ਇੰਨੀ ਵੱਡੀ ਕਿਰਪਾ ਸਿੱਖ ਕੌਮ 'ਤੇ, ਸਿੱਖ ਸੰਗਤ 'ਤੇ, ਕਿ ਅਸੀਂ ਕਰੋੜਾਂ ਰੁਪਏ ਦੇ ਅਰਬਾਂ ਰੁਪਏ ਦੇ ਲੰਗਰ ਲਾਉਂਦੇ ਹਾਂਗੇ, ਬੜੀ ਚੰਗੀ ਗੱਲ ਹੈ, ਭੁੱਖਿਆਂ ਨੂੰ ਰਜਾਇਆ ਜਾਂਦਾ, ਪ੍ਰਸ਼ਾਦਾ ਮਿਲਦਾ, ਚੰਗੀ ਗੱਲ ਹੈ। ਪਰ ਜਿਸ ਤਰ੍ਹਾਂ ਇਹ ਬਾਪੂ ਜੀ ਬੈਠੇ ਨੇ, ਬਾਪੂ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਦੀ ਕੋਈ ਸੱਜਣ ਆਇਆ ਤੁਹਾਡੇ ਕੋਲ? ਨਾ ਜੀ। ਸ਼੍ਰੋਮਣੀ ਕਮੇਟੀ ਬਾਰੇ ਜਾਣਦੇ ਹੋ? ਜਾਣਦੇ ਹਾਂ ਜੀ, ਹਾਂ। ਠੀਕ ਹੈ, ਇਹਨੇ ਮੁੱਖ ਦਫ਼ਤਰ ਕਿੱਥੇ ਹੈ ਸ਼੍ਰੋਮਣੀ ਕਮੇਟੀ ਦਾ? ਮੁੱਖ ਦਫ਼ਤਰ ਤਾਂ ਜੀ ਅਸਲ ਤਾਂ ਅੰਮ੍ਰਿਤਸਰ ਹੈ, ਜਾਣੀ ਉਹ ਆਮ ਸਾਨੂੰ ਪਤਾ ਵੀ ਨਹੀਂ। ਅੱਛਾ, ਜੇ ਸ਼੍ਰੋਮਣੀ ਕਮੇਟੀ ਦੀ ਆਪਾਂ ਨਾਲ ਨਾਲ ਗੱਲ ਕਰੀਏ, ਸ਼੍ਰੋਮਣੀ ਅਕਾਲੀ ਦਲ ਦੀ ਜਿਹੜੇ ਪ੍ਰਧਾਨ ਸਨ ਪਹਿਲਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ, ਹਾਂਜੀ, ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਕਦੀ ਅਕਾਲੀ ਦਲ ਨੇ ਕੋਈ ਫਰਜ਼, ਕੋਈ ਇੱਥੋਂ ਦਾ ਤੁਹਾਡੇ ਨੇੜੇ ਦਾ ਕੋਈ ਆਗੂ ਨੇ ਫਰਜ਼ ਨਿਭਾਇਆ ਵੀ ਤੁਹਾਨੂੰ ਕੋਈ ਪੁੱਛ ਲਓ? ਅਕਾਲੀ ਦਲ ਦੀ ਸੁਣੋ ਜੀ, ਸਾਡੇ ਪਿੰਡ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਇਆ ਜੀ, ਜੀ ਮੈਂ ਉਹਨੂੰ ਇੱਕ ਤੁਹਾਡੇ ਵਰਗੇ ਭੈਣ ਭਾਈ ਤੋਂ ਚਿੱਠੀ ਲਿਖਵਾਈ ਇੱਕ, ਜਾਣੀ ਮੈਨੂੰ ਕੋਸ਼ਿਸ਼ ਫੜਾਉਣ ਦੀ ਬਣਾ ਕਰਨ ਦੇਣ ਵੀ ਮੈਂ ਫੜਾ ਦਿਆਂ, ਵੀ ਤੂੰ ਬਹਿ ਜਾ ਬਈ, ਬਹਿ ਜਾ, ਤੂੰ ਫੇਰ ਫੜਾਈ, ਫੇਰ ਫੜਾਈ, ਬਸ ਐਂ ਚੱਲ ਗਿਆ ਕੰਮ ਜੀ। ਇੱਕ ਸਾਡੇ ਗੋਲਡੀ ਸਿੰਘ ਦੇ ਘਰ ਦੀ ਆਈ ਤੀ ਜੀ, ਉਹਨੇ ਮੈਨੂੰ ਪੁੱਛਿਆ, ਬਾਪੂ ਜੀ ਤੁਹਾਡੀ ਕੋਈ ਪ੍ਰੋਬਲਮ? ਮਹਾਂ ਪੁੱਤ ਮੇਰਾ ਘਰ ਪੈਣ ਵਾਲਾ, ਮੇਰੀ ਛੱਤ ਡਿੱਗਦੀ ਹੈ, ਬਸ ਹਾਂ ਬਾਪੂ ਜੀ ਕਰਾਂਗੇ, 5 ਸਾਲ ਉਹਨਾਂ ਦੇ ਵੀ ਐਂ ਨਿਕਲ ਗਏ। ਇਹ ਦਲਵੀਰ ਗੋਲਡੀ ਦੀ ਗੱਲ ਤਾਂ ਨਹੀਂ ਕਰ ਰਹੇ? ਹਾਂਜੀ ਹਾਂ, ਦਲਵੀਰ ਗੋਲਡੀ, ਹਾਂਜੀ, ਠੀਕ ਹੈ। ਅਤੇ ਬਾਪੂ ਜੀ ਆਪਾਂ ਗੱਲ ਕਰੀਏ, ਜਿਵੇਂ ਤੁਹਾਡਾ ਇਹ ਸਰੀਰ ਹੈ, ਤੁਹਾਡਾ ਪਰਮਾਤਮਾ ਨੇ ਤੁਹਾਨੂੰ ਸਰੀਰ ਬਖਸ਼ਿਆ, ਇਹ ਜਿਹੜੀ ਨੱਕ ਦੇ ਉੱਪਰ ਤੁਹਾਡੇ ਵੱਡਾ ਸਰ ਜਿਹੜਾ ਮਾਸ ਵਧਿਆ, ਬਚਪਨ ਤੋਂ ਜਨਮ ਵੇਲੇ ਤੋਂ ਹੀ ਹੈ ਜਾਂ ਹੁਣ ਹੋਏ ਬਾਅਦ 'ਚ? ਨਾ ਜੀ, ਇਹਨੂੰ ਕੋਈ 10 ਸਾਲ ਹੋ ਗਏ। ਅੱਛਾ, ਇਹਦਾ ਮਤਲਬ ਫਿਰ ਇਹ ਤੁਸੀਂ ਵਿਖਾਇਆ ਕਿ ਡਾਕਟਰ ਨੂੰ? ਡਾਕਟਰ ਨੂੰ ਦਿਖਾਇਆ ਵੀ ਨਹੀਂ ਜੀ, ਢੋਗਲ ਗਿਆ ਸੀ ਮੈਂ ਕੇਰਾ ਦਵਾਈ ਲੈਣ, ਉਹ ਡਾਕਟਰ ਕਹਿੰਦਾ ਜੀ, ਕਹਿੰਦਾ ਬਾਪੂ ਜੀ ਮੈਂ ਕੱਢ ਦਿੰਦਾ ਇਹਨੂੰ, ਇਹ ਗੱਲ ਕੁਛ ਨਹੀਂ। ਮੈਂ ਐਂ ਡਰ ਗਿਆ ਜੀ, ਮੈਂ ਕਿਤੇ ਮੈਂ ਕੀਰਤਨ ਕਰਦਾ ਮੇਰਾ ਬੋਲ ਨਾ ਖਰਾਬ ਹੋ ਜਾਵੇ, ਕਿਤੇ ਮੈਂ ਨੱਕੋਂ ਗੁਣਗੁਣਾ ਜਾਂ ਨਾ ਹੋ ਜਾਵਾਂ, ਮੈਂ ਐਂ ਡਰ ਗਿਆ ਜੀ। ਜੀ, ਅਤੇ ਜੇ ਉਹ ਮੰਨ ਲਓ ਓਪਰੇਸ਼ਨ ਕਰਦੇ, ਫਿਰ ਤੁਸੀਂ ਪੈਸਿਆਂ ਦਾ ਪ੍ਰਬੰਧ ਕਰ ਲੈਂਦੇ? ਪੈਸਿਆਂ ਦਾ ਪ੍ਰਬੰਧ ਤਾਂ ਜੀ ਹੁਣ ਐਸਾ ਵੈਸਾ ਹੀ ਆ। ਅੱਛਾ, ਹਾਂਜੀ, ਠੀਕ ਹੈ। ਅਤੇ ਬਾਪੂ ਜੀ ਮੈਂ ਸੁਣਿਆ ਤੁਸੀਂ ਬੈਂਜੋ ਵਜਾ ਲੈਂਦੇ ਹੋ? ਹਾਂਜੀ। ਅਤੇ ਉਹ ਬੈਂਜੋ ਤੁਸੀਂ ਕਿਵੇਂ ਸਿੱਖੀ ਜਾਂ ਉਹ ਥੋੜ੍ਹਾ ਜਿਹਾ ਦੱਸੋਗੇ? ਬੈਂਜੋ ਜੀ ਮੈਂ ਸਾਡੇ ਇੱਕ ਘਨੌਰੀ ਕਲਾਂ ਦਾ ਸਿੰਘ ਆਇਆ ਹੈ ਤੀ ਗੁਰੂ ਘਰ ਜੀ, ਉਹ ਮੈਨੂੰ ਜਾਣੀ ਹੱਸਦਾ ਸ਼ੇਰੇ ਪੰਜਾਬ ਕਹਿੰਦਾ ਹੁੰਦਾ, ਉਹ ਮੇਰਾ ਨਾਮ ਸ਼ਮਸ਼ੇਰ ਸਿੰਘ ਹੈ ਜੀ, ਤਾਂ ਉਹ ਮੈਨੂੰ ਕਹਿਣ ਲੱਗਿਆ ਜਾ ਬਈ ਪੰਜਾਬ ਬੈਂਜੋ ਚੱਕ ਕੇ ਲੈ ਕੇ ਆ, ਅਸੀਂ ਜਿਹੜੀਆਂ ਹਲਟੀਆਂ ਹੁੰਦੀਆਂ ਅੱਗੇ ਪਾਣੀ ਗੇੜਨ ਵਾਲੇ ਭਰਨ ਵਾਲੀਆਂ ਉਹਦੀ ਪੈੜ 'ਚ ਬੈਠੇ ਹਾਂ, ਮੈਂ ਬੈਂਜੋ ਲਿਆਂਦੀ ਜੀ ਚੱਕ ਕੇ, ਬੈਂਜੋ ਲਿਆ ਕੇ ਮੈਂ ਜਿਵੇਂ ਛੇੜਨ ਲੱਗ ਗਿਆ, ਉਹ ਮੈਨੂੰ ਗੁੱਸੇ ਨਾਲ ਬੋਲ ਕੇ ਕਹਿੰਦਾ ਕੀ ਗੱਲ ਬੈਂਜੋ ਤੋੜਨੀ ਹੈ? ਮੈਂ ਕਿਹਾ ਜੀ ਤੋੜਨੀ ਨਹੀਂ ਹੈਗੀ, ਮੈਂ ਸਿੱਖਣੀ ਹੈ। ਉਹਦਾ ਮਨ ਨਿਮਰਤਾ 'ਚ ਆ ਗਿਆ, ਕਹਿੰਦਾ ਵੀ ਕੋਈ ਨਾ ਤਾਂ ਫਿਰ ਸਿੱਖ ਤੂੰ। ਉਹਨੇ ਮੇਰੇ ਹੱਥ ਦੇ ਕਰਾਤੇ ਜੀ ਹਾਰਮੋਨੀਅਮ 'ਤੇ ਵੀ ਬੈਂਜੋ 'ਤੇ ਵੀ, ਜਦ ਤੋਂ ਮੈਂ ਪੂਰਾ ਪੂਰਾ ਖਿਆਲ ਰੱਖਦਾ ਰਿਹਾ ਜੀ ਆਪਣੇ, ਜਿਵੇਂ ਬਲਵਿੰਦਰ ਸਿੰਘ ਰਾਗੀ ਹੈ ਜੀ ਚੰਡੀਗੜ੍ਹ ਵਾਲਾ, ਮੈਂ ਉਹਨਾਂ ਦੀਆਂ ਕੈਸਟਾਂ ਸੁਣ ਕੇ ਉਸੇ ਤਰ੍ਹਾਂ ਹਾਰਮੋਨੀਅਮ ਵਜਾਉਣ ਲੱਗ ਗਿਆ, ਉਹ ਮੈਨੂੰ ਸ਼ਬਦ ਬੋਲਣ ਲੱਗ ਗਿਆ, ਜਾਣੀ ਜ਼ਿਆਦਾ ਸਿੱਖਿਆ ਮੈਨੂੰ ਤਾਂ ਹੀ ਮਿਲ ਗਈ ਜੀ, ਮੈਂ ਕੋਸ਼ਿਸ਼ ਰੱਖੀ ਹੈ। ਤੁਸੀਂ ਜਿਹੜੀ ਬਲਵਿੰਦਰ ਸਿੰਘ ਜੀ ਨਾਮ ਲਿਆ, ਤੁਸੀਂ ਭਾਈ ਬਲਵਿੰਦਰ ਸਿੰਘ ਰੰਗੀਲਾ ਉਹਨਾਂ ਦੀ ਗੱਲ ਤਾਂ ਨਹੀਂ ਕਰ ਰਹੇ? ਉਹਨਾਂ ਦੀ ਹੀ ਗੱਲ ਕਰਦੇ ਹਾਂ ਜੀ। ਉਹਨਾਂ ਨੂੰ ਕਦੀ ਮਿਲਿਆ? ਨਾ ਜੀ, ਮਿਲਿਆ ਨਹੀਂ ਹੈਗਾ। ਉਹ ਵੀ ਬੜੇ ਸਮਾਜ ਸੇਵੀ ਨੇ ਨਾ, ਬੜੇ ਗਰੀਬ ਪਰਿਵਾਰ ਦੀਆਂ ਬੇਟੀਆਂ ਵਗੈਰਾ ਵਿਆਹੁਣ ਦਾ ਕੰਮ ਕਰਦੇ ਨੇ ਉਹ। ਠੀਕ ਹੈ ਜੀ।
ਸੀ। ਤੇ ਬਾਪੂ ਜੀ ਜਿਸ ਤਰ੍ਹਾਂ ਤੁਹਾਡਾ ਸਰੀਰ ਹੁਣ ਬਿਰਦਾ ਹੈ, 70 ਸਾਲ ਦੇ ਲਗਭਗ ਤੁਹਾਡੀ ਉਮਰ ਹੈ ਘੱਟੋ ਘੱਟ ਜੀ, ਤਾਂ ਇੱਕ ਦਿਨ ਇਹ ਸਰੀਰ ਸਾਹਿਬ ਨੇ ਦੁਨੀਆਂ ਤੋਂ ਜਾਣਾ ਵੀ ਹੈ, ਤੇ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਬਿਰਧ ਵੀ ਹੁੰਦੇ ਨੇ, ਲੰਬੀ ਰੱਬ ਉਮਰ ਬਖਸ਼ਦਾ। ਬਿਲਕੁਲ, ਤਾਂ ਜਦੋਂ ਤੁਹਾਨੂੰ ਲੱਗਦਾ ਇੱਕ ਦਿਨ ਸਭ ਨੇ ਜਦੋਂ ਸਰੀਰ ਨਿਰਬਲ ਹੋ ਜਾਂਦਾ ਤਾਂ ਮੰਜੀ 'ਤੇ ਬੰਦਾ ਬੈਠ ਜਾਂਦਾ, ਬਿਲਕੁਲ ਤੁਹਾਡਾ ਕੋਈ ਇਸ ਤਰ੍ਹਾਂ ਦਾ ਹੈ ਤੁਹਾਨੂੰ ਲੱਗਦਾ, ਫਿਰ ਸੰਭਾਲੇਗਾ ਕੌਣ? ਇਹ ਤਾਂ ਜੀ ਹੁਣ ਕੁਦਰਤ ਨੂੰ ਪਤਾ ਹੈ, ਭੈਣਾਂ ਭਾਈਆਂ ਬਾਰੇ ਆਪਾਂ ਬਿਲਕੁਲ ਨਹੀਂ ਕਹਿ ਸਕਦੇ ਜੀ, ਕਿਉਂ ਜਿਹੜੀ ਆਪਦੀ ਔਲਾਦ ਸਖੀ ਹੁੰਦੀ ਹੈ ਦੋ ਘੜੀ ਉਹ ਵੀ ਪੁੱਛਦੀ ਨਹੀਂ ਜੀ, ਇਹ ਨਹੀਂ ਪਤਾ ਖਬਨੀ ਦੁੱਗਣੀ ਸੰਭਾਲ ਹੋ ਜੇ, ਇਹ ਵੀ ਪਤਾ ਨਹੀਂ ਵੀ ਨਾ ਹੀ ਹੋਵੇ ਜੀ। ਅਤੇ ਤੁਸੀਂ ਵਿਆਹ ਕਿਉਂ ਨਹੀਂ ਸੀ ਕਰਵਾਇਆ? ਵਿਆਹ ਜੀ ਮੇਰੀ ਨਿਗਾਹ ਬਚਪਨ ਤੋਂ ਡਾਊਨ ਹੋ ਗਈ ਸੀ। ਅੱਛਾ, ਯਾਨੀ ਮੇਰੀ ਥੋੜ੍ਹੀ ਘਣੀ ਨਿਗਾਹ ਹੈਗੀ ਤੀ ਤੁਰਨ ਫਿਰਨ ਜੋਗੀ ਵਧੀਆ, ਉਸ ਤੋਂ ਬਾਅਦ ਹੁਣ ਤਾਂ ਜ਼ਿਆਦਾ ਡਾਊਨ ਹੋ ਗਈ ਜੀ, ਮਤਲਬ ਨਿਗਾਹ ਦੀ ਵਜ੍ਹਾ ਤੋਂ ਤੁਹਾਡਾ ਵਿਆਹ ਨਹੀਂ ਹੋ ਸਕਿਆ। ਹਾਂਜੀ ਬਾਪੂ ਜੀ, ਜਿਹੜੇ ਇੱਕ ਇੱਥੇ ਮਾਤਾ ਖੜ੍ਹੇ ਨੇ ਜਾਂ ਭੈਣ ਜੀ ਕਹੀਏ ਉਹਨਾਂ ਨੂੰ, ਉਹਨਾਂ ਦੀ ਬਾਂਹ ਵੱਡੀ ਹੋਈ ਹੈ, ਉਹ ਤੁਹਾਡੇ ਕੁਛ ਨੇੜੇ ਤੜੋ ਨੇ? ਮੇਰੇ ਭਾਈ ਦੇ ਘਰ ਵਾਲੀ ਹੈ ਜੀ। ਠੀਕ ਹੈ, ਤੁਹਾਡੇ ਮਤਲਬ ਉਹ ਛੋਟੀ ਭਰਜਾਈ ਨੇ ਤੁਹਾਡੇ ਤੋਂ? ਹਾਂਜੀ ਹਾਂ, ਮੇਰੇ ਤੋਂ ਛੋਟੀ ਹੈ। ਉਹਨਾਂ ਦੀ ਬਾਂਹ ਕਿਵੇਂ ਵੱਡੀ ਗਈ ਹੈ? ਉਹਨਾਂ ਦੀ ਬਾਂਹ ਜੀ ਐਂ ਵੱਡੀ ਗਈ, ਮਸ਼ੀਨ 'ਤੇ ਟੋਕਾ ਕਰਨ ਗਏ ਤੇ ਆਥਣ ਹੋਇਆ ਹੈ ਤੀ ਨੇਰਾ ਜਿਹਾ ਜੀ, ਬਸ ਉਹ ਕੁਦਰਤ ਰੱਬ ਦੀ ਰਜਾ ਇਹੋ ਜਿਹੀ ਹੋਈ ਜੀ, ਇਕੱਲੀ ਟੋਕਾ ਵੱਢਣ ਵਗੀ ਮਸ਼ੀਨ ਦੇ ਵਿੱਚ ਬਾਂਹ ਪਤਾ ਨਹੀਂ ਕਿਵੇਂ ਆ ਗਈ, ਬਸ ਬਾਂਹ ਦਾ ਕੁਤਰਾ ਹੀ ਕਰਤਾ ਜੀ। ਹਾਂਜੀ, ਜਿਹੜਾ ਉਹ ਟੋਕਾ ਉਹ ਆਪਣੇ ਡੰਗਰਾਂ ਪਾਸੇ? ਹਾਂਜੀ, ਉਹਦੇ ਇਹਨਾਂ ਕੋਲ ਪਸ਼ੂ ਰੱਖੇ ਹੋਏ ਤੇ, ਹੁਣ ਵੀ ਰੱਖੇ ਹੋਏ ਨੇ, ਇੱਕ ਮੱਝ ਰੱਖੀ ਹੋਈ ਹੈ ਜੀ। ਹਾਂਜੀ, ਇਹਨਾਂ ਦੇ ਤਿੰਨ ਬੱਚੇ ਨੇ, ਇੱਕ ਬੇਟੀ ਵਿਆਹੀ ਹੋਈ ਹੈ, ਇੱਕ ਕੁਮਾਰੀ ਹੈ, ਇੱਕ ਮੁੰਡਾ ਕੁਮਾਰ ਹੈ।